ਜਗਮੀਤ ਸਿੰਘ ਬਰਾੜ ਜਿਹੜੇ ਲੰਬੇ ਸਮੇਂ ਤੋਂ ਸਿਆਸਤ ਦੇ ਨਾਲ ਜੁੜੇ ਹੋਏ ਨੇ ਕਿਹੜੀ ਪਾਰਟੀ ਤੋਂ ਟਿਕਟ ਲੈ ਕੇ ਜਿਹੜਾ ਉਹ ਆਪਣੀ ਕਿਸਮਤ ਜਮਾਉਣਗੇ ਜਗਮੀਤ ਸਿੰਘ ਬਰਾੜ ਇਸ ਤੋਂ ਪਹਿਲਾਂ ਲਗਭਗ 10 ਦੇ ਕਰੀਬ ਚੋਣਾਂ ਲੜ ਚੁੱਕੇ ਆ ਪਰ ਇਹ ਜ਼ਰੂਰ ਹੈ ਕਿ ਗਿੱਦੜਵਾ ਦੇ ਬਹੁਤ ਆਤ ਬਹੁਤ ਸੰਗਤ ਇਹ ਚਾਹੁੰਦੀ ਹੈ ਕਿ ਮੈਂ ਚੋਣ ਲੜਾਂ ਕੇਵਲ ਤੇ ਕੇਵਲ ਗਿੱਦੜਵਾ ਹਲਕੇ ਦੀ ਸੰਗਤ ਨੂੰ ਮਿਲ ਰਿਹਾ ਮੇਰਾ ਕਿਸੇ ਨਾ ਕੋਈ ਸੰਪਰਕ ਅਜੇ ਤੱਕ ਨਹੀਂ ਹੋਇਆ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਲੀਹੋਂ ਲੱਤ ਚੁੱਕੀ ਹੈ ਬੜੇ ਵੱਡੇ ਸੰਕਟ ਨੇ ਸਰ ਸ੍ਰੀਕਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਅੱਜ ਅਸੀਂ ਬੋਲਦਾ ਪੰਜਾਬ ਦੇ ਵਿੱਚ ਗੱਲ ਕਰਾਂਗੇ ਸਾਬਕਾ ਐਮਪੀ ਜਗਮੀਤ ਸਿੰਘ ਬਰਾੜ ਦੀ ਕਿਉਂਕਿ ਜਗਮੀਤ ਸਿੰਘ ਬਰਾੜ ਜਿਹੜੇ ਲੰਬੇ ਸਮੇਂ ਤੋਂ ਸਿਆਸਤ ਦੇ ਨਾਲ ਜੁੜੇ ਹੋਏ ਨੇ ਪਰ ਜੇਕਰ ਵੱਖ-ਵੱਖ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਪਾਰਟੀਆਂ ਦੇ ਵਿੱਚ ਉਹ ਆਪਣੀ ਕਿਸਮਤ ਜਿਹੜੀ ਆ ਉਹ ਅਜਮਾ ਚੁੱਕੇ ਨੇ ਇਸ ਵਾਰ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਕਿਹੜੀ ਪਾਰਟੀ ਤੋਂ ਟਿਕਟ ਲੈ ਕੇ ਜਿਹੜਾ ਉਹ ਆਪਣੀ ਕਿਸਮਤ ਜਮਾਉਣਗੇ ਇਸ ਤੇ ਪੂਰੀ ਜਿਹੜੀ ਆ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮੌਜੂਦ ਰਹਿਣਗੇ ਰਪਾਣਾ ਸੱਸੀ ਕਾਲ ਜੀ ਸੱਸੀ ਕਾਲ ਜੀ ਰਪਾਣਾ ਜੀ ਕਹਿੰਦੇ ਬੇਬਾਕ ਹੋ ਕੇ ਬੋਲਣ ਵਾਲੇ ਜਗਮੀਤ ਸਿੰਘ ਬਰਾੜ ਬੜੀਆਂ ਪਾਰਟੀਆਂ ਜੁਆਇਨ ਕੀਤੀਆਂ ਪਰ ਖੁਲਕ ਜਿਹੜਾ ਉਹ ਐਨ ਠੋਕੇ ਬੋਲਦੇ ਨੇ ਵਜਾ ਕੇ ਬੋਲਦੇ ਨੇ ਇਸ ਵਾਰ ਕਹਿੰਦੇ ਕੋਈ ਪਾਰਟੀ ਤੋਂ ਕਿਸਮਤ ਜਮਾਣ ਜਾ ਰਹੇ ਨੇ ਕੀ ਲੱਗਦਾ ਕਿ ਉਹ ਕਿਹੜੀ ਪਾਰਟੀ ਹੋਊਗੀ ਜਿੱਚੋਂ ਉਹ ਕਿਸਮਤ ਜਮਾਉਣਗੇ ਤੇ ਲੋਕਾਂ ਦੇ ਵਿੱਚ ਜਾ ਕੇ ਵਿਚਰਣਗੇ ਉਹ ਦੇਖੋ ਅਮਰਿਤ ਗੱਲ ਹੈ ਜਗਮੀਤ ਸਿੰਘ ਬਰਾੜ ਇੱਕ ਉਹ ਸ਼ਖਸੀਅਤ ਹੈ ਜਿਹੜੀ ਖਾਸ ਕਰ ਮਾਲਵਾ ਇਲਾਕੇ ਚ ਮਾਲਵਾ ਇਲਾਕੇ ਚ ਇੱਕ ਕਿਸੇ ਟਾਈਮ ਉਹਨੇ ਤੂਫੀ ਬੋਲੀ ਸੀ ਔਰ ਕਾਂਗਰਸ ਪਾਰਟੀ ਚ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪੀਐਮਸੀ ਦੇ ਵਿੱਚ ਟੀਐਮਸੀ ਤਰਮੂਨ ਕਾਂਗਰਸ ਤੇ ਮੰਨਤਾ ਬੰਦਰਜੀ ਪਾਰਟੀ ਹੈ ਤਿਰਮੁਲ ਕਾਂਗਰਸ ਉਹਦੇ ਚੋ ਚਲੇ ਗਏ ਨੇ ਤੇ ਇੱਕ ਵਾਰ ਜਗਮੀਤ ਸਿੰਘ ਬਰਾੜ ਨੇ ਤੁਹਾਡੇ ਯਾਦ ਹੋਏਗਾ ਅਰਵਿੰਦ ਕੇਜਰੀਵਾਲ ਨੇ ਸਟੇਜ ਸੰਜਿ ਕੀਤੀ ਸੀ ਹੂੰ ਦਰਕਨ ਠੀਕ ਹੈ ਤੇ ਉਹ ਮਤਲਬ ਕਾਫੀ ਪਾਰਟੀਆਂ ਦੇ ਵਿੱਚੋਂ ਜਿਹੜੇ ਜਾ ਕੇ ਆਏ ਨੇ ਪਰ ਇਸ ਵਾਰ ਉਹਨਾਂ ਨੇ ਲਾਈਵ ਹੋ ਕੇ ਗੱਲ ਕਹੀ ਹੈ ਕਿ ਹੁਣ ਸਮਾਂ ਆ ਗਿਆ ਕਿ ਟੰਗੇ ਹਥਿਆਰ ਚੁੱਕਣ ਦਾ ਸਮਾਂ ਆ ਗਿਆ ਵਾਹ ਜੀ ਠੀਕ ਹੈ ਲੰਬੇ ਸਮੇਂ ਤੋਂ ਉਹ ਦਰਕਨਾਰ ਨੇ ਬੈਸੇ ਤਾਂ ਉਹ ਆ 2022 ਚ ਉਹ ਬਹੁਤਾ ਸਨਮਾਨੀ ਹੋਇਆ ਉਹਨਾਂ ਨੂੰ 2022 ਵਿੱਚ ਕਿਸਮਤ ਅਜਮਾਈਆ ਉਹਨਾਂ ਨੇ ਪਰ ਉਹ ਹਾਰ ਗਏ ਪਰ ਜੇਕਰ ਸੱਤਾ 'ਚ ਗੱਲ ਕਰੀਏ ਤਾਂ ਸੱਤਾ ਤੋਂ ਲੰਬੇ ਸਮੇਂ ਤੋਂ ਬਰਵਾਸ ਕੱਟ ਰਹੇ ਹਨ ਕਰੀਬ 2004 2004 ਤੋਂ 20 ਸਾਲ ਹੋ ਗਏ ਇਸ ਵਕਤ ਮੈਨੂੰ 20 ਸਾਲ ਦੇ ਵਖਵਾ ਹੋ ਗਿਆ ਉਹਨਾਂ ਨੂੰ ਉਹ ਸੱਤਾ ਦੇ ਵਿੱਚ ਨਹੀਂ ਆਏ ਮੁੜ ਕੇ ਤੇ ਪਹਿਲਾਂ ਆਪਾਂ ਉਹਨਾਂ ਨਾਲ ਹੀ ਗੱਲਬਾਤ ਕਰ ਲੈਂਦੇ ਆ ਜਗਮੀਤ ਸਿੰਘ ਬਰਾੜ ਨਾਲ ਕਿ ਉਹ ਕੀ ਚਾਹੁੰਦੇ ਨੇ ਹੁਣ ਕਿਹੜੀ ਪਾਰਟੀ ਨੂੰ ਪ੍ਰੈਫਰੈਂਸ ਦੇਣਗੇ ਕਿ ਆਜ਼ਾਦ ਲੜਨਗੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੋ ਬਿਲਕੁਲ ਜਿਮਨੀ ਚੌਣ ਤੋਂ ਮੁਰਤੋਂ ਚੌਣ ਮੈਦਾਨ ਚ ਉਤਰਨ ਦੇ ਐਲਾਨ ਕਰ ਚੁੱਕੇ ਸਾਬਕਾ ਐਮਪੀ ਜਗਮੀਤ ਸਿੰਘ ਬਰਾੜ ਸਾਡੇ ਆਪੋਰ ਲਾਈਨ ਤੇ ਮੌਜੂਦ ਨੇ ਬਰਾੜ ਸਾਹਿਬ ਤੁਹਾਡਾ ਚੜ੍ਹਦੀ ਕਲਾ ਟਾਈਮ ਟੀਵੀ ਤੇ ਸਵਾਗਤ ਹੈ ਜੀ ਬਹੁਤ ਮਿਹਰਬਾਨੀ ਜੀ ਬਹੁਤ ਧੰਨਵਾਦ ਚੜ੍ਹਦੀ ਕਲਾ ਟੀਵੀ ਦਾ ਜੀ ਜੀ ਅੱਛਾ ਬਰਾੜ ਸਾਹਿਬ ਸਭ ਤੋਂ ਪਹਿਲਾ ਸਵਾਲ ਕੀ ਫਿਰ ਹੁਣ ਤਿਆਰ ਹੋ ਹਾਂ ਅਸਲ ਚ ਇਹ ਜਿਹੜੇ 5-7 ਦਿਨ ਹੈਗੇ ਨੇ ਨੋਮੀਨੇਸ਼ਨਸ ਤੋਂ ਪਹਿਲਾਂ ਮੈਂ ਕਿ ਦਰਵਾਹ ਹਲਕੇ ਦੇ ਕਾਫੀ ਪਿੰਡਾਂ ਦੇ ਵਿੱਚ ਸੰਗਤ ਨੂੰ ਮਿਲਣ ਜਾ ਰਿਹਾ ਹੈ ਔਰ ਆਪਣੇ ਸਪੋਰਟਰਜ਼ ਨੂੰ ਨਾਲ ਦੀ ਨਾਲ ਕੋਸ਼ਿਸ਼ ਕਰ ਰਹੇ ਆ ਕਿ ਮੁੱਦਿਆਂ ਤੇ ਅਧਾਰਿਤ ਕੋਈ ਨਾ ਕੋਈ ਸਾਂਝੀ ਵਲਤਾ ਦੇ ਇੱਕ ਤਰ੍ਹਾਂ ਨਾਲ ਇਕੱਠ ਦਾ ਜੋ ਲੋਕ ਫੈਸਲਾ ਕਰਨ ਉਹਦੇ ਮੁਤਾਬਕ ਜਿਹੜਾ ਹੈ ਡਿਸੀਜਨ ਲਿਆ ਜਾਏ ਜੀ ਤੋ ਮੈਂ ਕਿਸੇ ਨਤੀਜੇ ਤੇ ਤਾਂ ਨੋਮੀਨੇਸ਼ਨਸ ਫਾਈਲ ਕਰਨ ਤੋਂ ਪਹਿਲਾਂ ਨਹੀਂ ਪਹੁੰਚ ਸਕਦਾ ਜੋ ਲੋਕਾਂ ਦੀ ਰਾਏ ਹੋਏਗੀ ਪਰ ਇਹ ਜ਼ਰੂਰ ਹੈ ਕਿ ਗਿੱਦੜਵਾ ਦੇ ਬਹੁਤਾਂ ਬਹੁਤ ਸੰਗਤ ਇਹ ਚਾਹੁੰਦੀ ਹੈ ਕਿ ਮੈਂ ਚੋਣ ਲੜਾਂ ਉਹ ਅੰਤਮ ਨਿਰਣਾ ਉਹਨਾਂ ਦੀ ਰਹਿ ਨਾਲ ਹੀ ਲਿਆ ਜਾਏਗਾ ਜੀ ਤਾਂ ਕਿਹੜੀ ਪਾਰਟੀ ਤੋਂ ਪਾਰਟੀ ਕਿਹੜੀ ਹੋएगी ਆਪਣੀ ਚੋਣਸ਼ਾ ਅਬ ਦੇਖੋ ਮੈਂ ਤਾਂ ਕਿਸੇ ਪਾਰਟੀ ਦੇ ਵਿੱਚ ਮੈਂਬਰ ਨਹੀਂ ਹਾਂ ਇਸ ਕਰਕੇ ਮੈਂ ਤਾਂ ਅਜੇ ਆਜ਼ਾਦ ਹੀ ਹਾਂ ਇੰਡੀਪੈਂਡੈਂਟ ਹੀ ਹਾਂ ਜੀ ਤਾਂ ਬਾਕੀ ਇਹ ਡਿਪੈਂਡ ਕਰਦਾ ਹੈ ਕਿ ਪਾਰਟੀਆਂ ਦਾ ਕੀ ਜਿਹੜਾ ਹੈਗਾ ਇਸ ਮੌਕੇ ਤੇ ਆਪਣੇ ਉਮੀਦਵਾਰ ਘੋਸ਼ਿਤ ਕਰਨ ਤੋਂ ਬਾਅਦ ਹੀ ਕੋਈ ਪਤਾ ਲੱਗ ਸਕਦਾ ਜੀ ਜੀ ਕੋਈ ਕੋਈ ਸੱਦਾ ਆਇਆ ਕਾਂਗਰਸ ਪਾਰਟੀ ਵੱਲੋਂ ਅਕਾਲੀ ਦਲ ਵੱਲੋਂ ਬੀਜੇਪੀ ਵੱਲੋਂ ਆਮ ਆਦਮੀ ਪਾਰਟੀ ਕੋਈ ਹਲਵਾ ਚੱਲ ਰਹੀ ਹੋਵੇ ਨਹੀਂ ਬਿਲਕੁਲ ਨਹੀਂ ਮੈਂ ਕੇਵਲ ਤੇ ਕੇਵਲ ਗਿਦਰਵਾ ਹਲਕੇ ਦੀ ਸੰਗਤ ਨੂੰ ਮਿਲ ਰਿਹਾ ਮੇਰਾ ਕਿਸੇ ਨਾਲ ਕੋਈ ਸੰਪਰਕ ਅਜੇ ਤੱਕ ਨਹੀਂ ਹੋਇਆ ਜੀ ਤੇ ਬਰਾਦਰ ਸਾਹਿਬ ਕੋਈ ਕਿਵੇਂ ਲੱਗਿਆ ਤੁਹਾਨੂੰ ਕਿ ਇਦਾਂ ਦਾ ਕਿਉਂ ਮਹਿਸੂਸ ਹੋਇਆ ਕਿ ਹੁਣ ਤੁਹਾਨੂੰ ਦੁਬਾਰਾ ਉਸੇ ਆਪਣੇ ਹਲਕੇ ਦੇ ਵਿੱਚ ਦੁਬਾਰਾ ਜਾਣਾ ਚਾਹੀਦਾ ਔਰ ਉਹ ਵੀ ਪਾਰਟੀ ਤੋਂ ਬਿਨਾਂ ਅਜਾ ਤੌਰ ਤੇ ਵੇ ਦੇਖੋ ਕਿਤੇ ਨਾ ਕਿਤੇ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਲੀਹੋਂ ਲੱਤ ਚੁੱਕੀ ਹੈ ਬੜੇ ਵੱਡੇ ਸੰਕਟ ਨੇ ਔਰ ਸੰਕਟ ਗ੍ਰਸਤ ਹੈ ਪੰਜਾਬ ਚਾਹੇ ਉਹ ਪੰਜਾਬ ਦੇ ਫਿਊਚਰ ਦਾ ਆਉਣ ਵਾਲੇ ਦਿਨਾਂ ਦਾ 4 ਲੱਖ ਕਰੋੜ ਦਾ ਪੰਜਾਬ ਤੇ ਕਰਜ਼ਾ ਹੈ ਨਾਲ ਦੀ ਨਾਲ ਪੰਜਾਬ ਦੇ ਪਾਣੀਆਂ ਦੇ ਮਸਲਿਆਂ ਦੀ ਸੁਪਰੀਮ ਕੋਰਟ ਦੇ ਵਿੱਚ ਔਰ अनेਕਾਂ ਥਾਵਾਂ ਤੇ ਚੁਣੌਤੀ ਹੈ ਬੁੱਢੇ ਨਾਲੇ ਦਾ ਔਰ ਜੋ ਪਾਣੀ ਪੀੜੀਆਂ ਤੇ ਬਿਮਾਰੀਆਂ ਤੇ ਹੈਪਟਾਈਟਸ ਤੇ ਕੈਂਸਰ ਦਾ ਸਭ ਤੋਂ ਵੱਡਾ ਮਾਲਵੇ ਚ ਕਾਰਨ ਬਣ ਰਿਹਾ ਜਿਹਦੇ ਚ ਕਿਦੜਵਾ ਹਲਕਾ ਇੱਕ ਤਰ੍ਹਾਂ ਨਾਲ ਉਸ ਕਾਲੇ ਪਾਣੀ ਦਾ ਸ਼ਿਕਾਰ ਹੈ ਅਜੇ ਮਾਲਵਾ ਨਹਿਰ ਦੇ ਐਲਾਨ ਤੋਂ ਬਾਅਦ ਵੀ ਉਹਦਾ ਸਰਵੇ ਜਿਹੜਾ ਹੈ ਉਹ ਪ੍ਰੋਪਰ ਹੋਏ ਇਹ ਇਸ਼ੂਜ਼ ਨੇ ਦਿਨਾਂ ਤੇ ਨਿੱਜੀ ਕਿਹੜਾਂ ਪਾਰਟੀ ਦੇ ਉਮੀਦਵਾਰ ਇੱਕ ਦੂਜੇ ਦੀਆਂ ਕੱਦਨ ਦੀ ਬਜਾਏ ਮੈਂ ਫੋਕਸ ਕਰਨਾ ਚਾਹੁੰਦਾ ਕਿ ਪੰਜਾਬ ਦੇ ਇਸ਼ੂਜ਼ ਦੇ ਉੱਤੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਜੋ ਪੰਜਾਬ ਦੇ ਬਹੁਤ ਚਿਰਾਂ ਤੋਂ ਲਟਕਦੇ ਇਸ਼ੂਜ਼ ਨੇ ਫੈਡਰਲ ਸਟਰਕਚਰ ਦਾ ਮੁੱਦਾ ਹੈ ਬਹੁਤ ਵੱਡਾ ਖੁਦਮਖਤਿਆਰੀ ਦਾ ਮੁੱਦਾ ਹੈ ਪੰਜਾਬ ਦਾ ਕਿ ਕਿਸ ਪ੍ਰਕਾਰ ਪੰਜਾਬ ਨੂੰ ਫੈਡਰਲ ਸਟਰਕਚਰ ਮਜ਼ਬੂਤ ਕਰਕੇ ਔਰ ਪੰਜਾਬ ਦੀ ਆਰਥਿਕ ਸਥਿਤੀ ਨੂੰ ਲਿਆਂ ਤੇ ਲਿਆਂਦਾ ਜਾਵੇ ਤਾਂ ਮੇਰਾ ਇਹ ਮਨਸ਼ਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਜਿਹੜੀਆਂ ਜਨਰਲ ਇਲੈਕਸ਼ਨਸ ਨੇ ਉਸ ਤੋਂ ਪਹਿਲਾਂ ਪੰਜਾਬ ਇਸ਼ੂ ਬੇਸਡ ਰਾਜਨੀਤੀ ਵੱਲ ਆਪਣਾ ਰੁਖ ਜਿਹੜਾ ਹੈ ਉਹ ਸਾਰੀਆਂ ਪਾਰਟੀਆਂ ਅਖਤਿਆਰ ਕਰਨ ਮੈਂ ਉਹਦੇ ਤੇ ਫੋਕਸ ਕਰ ਰਿਹਾ ਠੀਕ ਹੈ ਧੰਨਵਾਦ ਬਹੁਤ-ਬਹੁਤ ਤੁਹਾਨੂੰ ਬਰਾੜ ਸਾਹਿਬ ਓਕੇ ਬਹੁਤ ਮਿਹਰਬਾਨ ਥੈਂਕ ਯੂ ਦੇਖੋ ਜਗਮੀਤ ਸਿੰਘ ਬਰਾੜ ਨੇ ਕਿਸੇ ਵੀ ਪਾਰਟੀ ਦਾ ਨਾਮ ਖੁੱਲਕੇ ਨਹੀਂ ਲਿਆ ਕਿਉਂ ਕਿਉਂਕਿ ਕਈ ਵਾਰ ਇਹ ਹੁੰਦਾ ਕਿ ਉਹ ਪਾਰਟੀ ਦਾ ਨਾਮ ਲੈ ਦੇਣ ਤੇ ਬਾਅਦ ਦੇ ਵਿੱਚ ਸ਼ਾਇਦ ਉੱਥੇ ਗੱਲ ਨਾ ਬਣੇ ਤਾਂ ਫਿਰ ਲੋਕ ਕਹਿਣਗੇ ਵੀ ਹੁਣ ਫਿਰ ਅਗਲੀ ਪਾਰਟੀ ਫਿਰ ਬਦਲ ਲਈ ਕਿਉਂਕਿ ਐਕਸਪੀਰੀਅੰਸ ਜ਼ਿਆਦਾ ਨਾ ਬਹੁਤ ਪਾਰਟੀ ਬਦਲਿਆ ਨੇ ਉਹਨੇ ਦੇਖੋ ਕੱਲੇ ਜਗਮੀਤ ਸਿੰਘ ਬਰਾੜ ਨਹੀਂ ਉਹਦੇ ਚ ਮੈਂ ਸਿਰਫ ਪੰਜ-ਸੱਤ ਕ ਨਾਮ ਲਾਵਾਂਗਾ ਜਿਹੜੇ ਤੁਹਾਨੂੰ ਮੈਂ ਤੁਹਾਡੇ ਵੀ ਟੈਪਸ ਤੇ ਹੋਣਗੇ ਲੀਡਰ ਜਗਮੀਤ ਸਿੰਘ ਬਰਾੜ ਸੁਖਪਾਲ ਸਿੰਘ ਖਹਿਰਾ ਸਵਰਗਵਾਸੀ ਵੀਰ ਦਵਿੰਦਰ ਸਿੰਘ ਮਨਪ੍ਰੀਤ ਸਿੰਘ ਬਾਦਲ ਤੇ ਇਸ ਤੋਂ ਬਾਅਦ ਜਿਹੜੇ ਇੱਕ ਬਲਵੰਤ ਸਿੰਘ ਰਾਮੂ ਵਾਲੀ ਆ ਬੜੀਆਂ ਬਾਠੇ ਵਾਲੀ ਆ ਠੀਕ ਹੈ ਇੱਕ ਤੋਂ ਹੋਰ ਵੀ ਤਮ ਲੀਡਰ ਹੋ ਸਕਦੇ ਨੇ ਪਰ ਇਹ ਮਲੇ ਪੰਜ ਚਾਰ ਕੋ ਚਿਹਰੇ ਨੇ ਜਿਨ੍ਹਾਂ ਨੇ ਕਈ ਪਾਰਟੀਆਂ ਦਾ ਸਵਾਦ ਚੱਖਿਆ ਜਿਨ੍ਹਾਂ ਤੁਸੀਂ ਸਾਰਾ ਨਾਮ ਲਿਆ ਮੈਨੂੰ ਲੱਗਦਾ ਇਹ ਸਾਰੇ ਚਿਹਰੇ ਜਿਹੜੇ ਨੇ ਖੁੱਲਕੇ ਬੋਲਦੇ ਨੇ ਨਹੀਂ ਬਿਵਕਤਾ ਹੈ ਵਿਵਾਗੋ ਕੇ ਬੋਲਦੇ ਉਹ ਬਖਰੀ ਹੈ ਪਰ ਮੈਂ ਇਹ ਕਹਿਣਾ ਚਾਹੁੰਨਾ ਕਿ ਇਹ ਉਹ ਚਿਹਰੇ ਨੇ ਜਿਨ੍ਹਾਂ ਨੇ ਵੱਖ-ਵੱਖ ਪਾਰਟੀਆਂ ਦਾ ਸਵਾਦ ਚੱਖਿਆ ਤੇ ਬਲਵੰਤ ਸਿੰਘ ਰਾਮੂ ਵਾਲੀ ਆ ਇਹਨਾਂ ਦੇ ਵਿੱਚੋਂ ਸਾਰਿਆਂ ਚੋਂ ਇੱਕ ਉਹ ਚਿਹਰਾ ਹੈ ਜਿਹੜੇ ਤੁਹਾਨੂੰ ਯਾਦ ਹੋਣਾ ਇੱਕ ਵਾਰ ਉਹ ਯੂਪੀ ਦੇ ਵਿੱਚ ਜਾ ਕੇ ਜਦੋਂ ਉਹਨਾਂ ਨੇ ਮੰਤਰੀ ਮੰਡਲ 'ਚ ਸੌ ਚੱਕ ਲਈ ਸੀ ਬਿਨਾ ਐਮਐਲਏ ਹੁੰਦਿਆਂ ਠੀਕ ਹੈ ਸੌ ਚੱਕਣ ਤੋਂ ਬਾਅਦ ਉਹਨਾਂ ਨੇ 2 ਮਿੰਟ ਪਹਿਲਾਂ ਅਸਤੀਫਾ ਭੇਜਿਆ ਸੀਗਾ ਸੁਖਵੀਰ ਸਿੰਘ ਬਾਦਲੂ ਪਾਰਟੀ ਛੱਡਣ ਲਈ ਹਾਂ ਜੇਲ੍ਹ ਮੰਤਰੀ ਹੋਵੇ ਸੀ ਹਾਂ ਬਿਲਕੁਲ ਠੀਕ ਹੈ ਤੇ ਮਲੇ ਇਹ ਉਹ ਚਿਹਰੇ ਨੇ ਜਿਹੜੇ ਕਾਫੀ ਹੁਣ ਗੱਲ ਸੁਕੂਮ ਆ ਗਈ ਤੁਹਾਡੀ ਜਗਮੀਤ ਸਿੰਘ ਬਰਾੜ ਦੀ ਜਗਮੀਤ ਸਿੰਘ ਬਰਾੜ ਇਸ ਤੋਂ ਪਹਿਲਾਂ ਲਗਭਗ 10 ਦੇ ਕਰੀਬ ਚੋਣਾਂ ਲੜ ਚੁੱਕੇ ਆ ਅੱਛਾ ਜੀ 10 ਦੇ ਕਰੀਬ ਚੋਣਾਂ ਲੜ ਚੁੱਕੇ ਨੇ ਜਿਦੇ ਵਿੱਚ ਵਿਧਾਨ ਸਭਾ ਤੇ ਲੋਕ ਸਭਾ ਉਹਨਾਂ ਨੇ ਇੱਕ ਵਾਰ ਅਜਿਹਾ ਸਮਾਂ ਆਇਆ ਸੀਗਾ ਜਦੋਂ ਜੇ ਆਪਾਂ ਉਹਦੇ ਕੈਰੀਅਰ ਦੀ ਗੱਲ ਕਰਾਂ ਮੈਂ ਕੈਰੀਅਰ ਦੀ ਉਹਨਾਂ ਨੇ ਸ਼ੁਰੂਆਤ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਬਿਲਕੁਲ ਗਿੱਦੜਵਾਹ ਤੋਂ ਚੋਣ ਲੜ ਕੇ ਕੀਤੀ ਸੀ ਅੱਛਾ ਜੀ 1980 ਤੋਂ ਹਾਰ ਗਏ ਸੀ ਬੇਸ਼ੱਕ ਉਹ ਹਾਰ ਗਏ ਪਰ ਉਨ੍ਹਾਂ ਨੂੰ ਇੱਕ ਮਜ਼ਬੂਤ ਸਿਆਸੀ ਧਰਾਤਲ ਮਿਲਿਆ ਇਹ ਇਹ ਗੱਲ ਭਾਵੇਂ ਉਹਨਾਂ ਦੇ ਪੋਜ਼ਿਟਿਵ ਗਈ ਹੈ ਪੱਖ ਚ ਗਈ ਕਿ ਬੇਸ਼ੱਕ ਉਹ ਹਾਰ ਗਏ ਤੇ ਉਹਨਾਂ ਨੂੰ 1980 ਚੋਣ ਲੜ ਕੇ ਇੱਕ ਮਜ਼ਬੂਤ ਧਰਾਤਲ ਮਿਲ ਗਿਆ ਵੀ ਹਾਂ ਕੋਈ ਜਿਹਹਾ ਲੀਡਰ ਹੈ ਜਿਹੜਾ ਕਿਸੇ ਵੱਡੇ ਚਿਹਰੇ ਦੇ ਖਿਲਾਫ ਵੀ ਚੋਣ ਮੈਦਾਨ ਚ ਉਤਰ ਸਕਦਾ ਮਤਲਬ ਵਧੀਆ ਟੱਕਰ ਦੇ ਕੇ ਸੀ ਉਸ ਟਾਈਮ ਤੇ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਕਾਂਗਰਸ ਪਾਰਟੀ ਸੀਗੀ ਉਹ ਤੇ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਫਰੀਦਕੋਟ ਤੋਂ ਟਿਕਟ ਦਿੱਤਾ ਸੀ ਸਹੀ ਠੀਕ ਐਮਪੀ ਬਣੇ ਉਹ ਫਰੀਦਕੋਟ ਤੋਂ ਤੇ 1992 ਦੇ ਵਿੱਚ ਉਹ ਪਹਿਲੀ ਵਾਰ ਫਰੀਦਕੋਟ ਤੋਂ ਐਮਪੀ ਬਣ ਗਈ ਸੀ ਤੇ ਉਸ ਤੋਂ ਬਾਅਦ ਇੱਕ ਵਾਰ ਉਹ ਉਹਨਾਂ ਨੇ ਇਹਨਾਂ ਦੇ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਵੀ ਚੋਣ ਲੜੀ ਸੀਗੀ ਤੇ ਉਦੋਂ ਹਾਂ ਬਿਲਕੁਲ ਉਦੋਂ ਵੀ ਉਸ ਤੋਂ ਬਾਅਦ ਕੀ ਹੋਇਆ ਪਿਆ ਪੁੱਤ ਉਹਨਾਂ ਦੇ ਖਿਲਾਫ ਚੋਣ ਲੜੀਆ ਮਤਲਬ ਹਾਂ ਹਾਂ ਬਿਲਕੁਲ ਉਹਨਾਂ ਨੇ ਪੰਜ ਕਲੈਕਸ਼ਨ ਤਾਂ ਮੇਰੇ ਖਿਆਲ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਲੜੇ ਹੋਣਗੇ ਤੇ ਦੋ ਇਲੈਕਸ਼ਨ ਮੇਰੇ ਖਿਆਲ ਉਹ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਲੜੇ ਉਹਨਾਂ ਨੇ ਵਿਧਾਨ ਸਭਾ ਤੇ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਪੰਜ ਟੋਟਲ ਨੇ ਜਿਦੇ ਵਿੱਚ ਵਿਧਾਨ ਸਭਾ ਵੀ ਹੈ ਤੇ ਲੋਕ ਸਭਾ ਵੀ ਹੈ ਤਾਂ ਉਹ ਫਰੀਦਕੋੜ ਤੋਂ ਵੀ ਐਮਪੀ ਰਹੇ ਨੇ ਤੇ ਇੱਕ ਵਾਰ ਉਹਨਾਂ ਨੇ ਮੇਰੇ ਖਲ ਫਿਰੋਜ਼ਪੁਰ ਤੋਂ ਵੀ ਸ਼ਾਇਦ ਸੁਖਵੀਰ ਸਿੰਘ ਬਾਦਲ ਨੂੰ ਹਰਾਇਆ ਸੀਗਾ ਤੇ ਉਹਨਾਂ ਇੱਕ ਜਦੋਂ ਹੋ ਇਲੈਕਸ਼ਨ ਲੜਿਆ ਸੀਗਾ ਉਹਨਾਂ ਨੇ ਲਗਭਗ 1998 ਚ 1998 ਦੇ ਵਿੱਚ ਤਾਂ ਉਦੋਂ ਬਾਜਪਾਈ ਸਰਕਾਰ ਸੀ ਜੀ ਤੇ ਉਹ ਕਰੀਬ ਬਹੁਤਾ ਸਮਾਂ ਨਹੀਂ ਟਿਕ ਸਕੀ ਤੇ ਬਾਜਪਾਈ ਸਰਕਾਰ ਗਿਰ ਗਈ ਸੀ ਤੇ ਦੁਬਾਰਾ ਇਲੈਕਸ਼ਨ ਹੋਇਆ ਸੀ 1999 1989 ਦੁਆਰਾ ਲਖਣ ਜਿਹੜਾ ਆਇਆ ਸੀਗਾ ਤਾਂ ਉਸ ਸਮੇਂ ਉਹਨਾਂ ਨੂੰ ਵੀ ਫਿਰ ਇਲੈਕਸ਼ਨ ਲੜੇ ਸੀ ਉਹ ਉਸ ਤੋਂ ਬਾਅਦ ਫਿਰ ਇਲੈਕਸ਼ਨ ਲੜੇ ਉਹ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਉਹਨਾਂ ਦਾ ਇੱਕ ਐਨਾ ਵੱਡਾ ਕਦ ਬਣ ਗਿਆ ਸੀਗਾ ਜਗਮੀ ਸਿੰਘ ਮਰਾੜ ਦਾ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਵੱਜੋਂ ਦਿਖਣ ਲੱਗ ਗਿਆ ਸੀ ਅੱਛਾ ਜੀ ਇੱਕ ਵਾਰ ਅਜਿਹੇ ਸਮਾਂ ਵੀ ਸੀਗਾ ਕਿ ਜਦੋਂ ਉਹਨਾਂ ਨੂੰ ਕਾਂਗਰਸ ਪਾਰਟੀ ਸੀਐਮ ਦੇ ਚਿਹਰੇ ਵੱਜੋਂ ਦੇਖਣ ਲੱਗ ਗਈ ਸੀ ਕਿਉਂਕਿ ਉਹ ਵਿਭਾਗ ਲੀਡਰ ਸੀਗੇ ਪੰਜਾਬ ਦੇ ਮੁੱਦੇ ਉਹਨਾਂ ਨੇ ਬਹੁਤ ਬਿਬਾਕੀ ਨਾਲ ਜਿਹੜੇ ਉਠਾਏ ਸੀਗੇ ਸੰਸਦ ਦੇ ਵਿੱਚ ਉਸ ਤੋਂ ਬਾਅਦ ਕੀ ਹੋਇਆ ਕਿ 2002 ਦੇ ਵਿੱਚ ਵਿਧਾਨ ਸਭਾ ਚੋਣਾਂ ਹੁੰਦੀਆਂ ਤੇ ਮੈਂ ਤਾਂ ਇਹੀ ਗੱਲ ਕਹਾਂਗਾ ਕਿ ਇਨਾ ਜਗਮੀਤ ਸਿੰਘ ਬਰਾੜ ਦੀ ਸਿਆਸੀ ਤੌਰ ਤੇ ਮਾੜੀ ਕਿਸਮਤ ਕਿ ਕੈਪਟਨ ਅਮਰਿੰਦਰ ਸਿੰਘ ਦੇ ਦਾ ਖੇਡਿਆ ਜਾਂਦਾ ਕਾਂਗਰਸ ਪਾਰਟੀ ਵੱਲੋਂ ਤਾਂ ਸ਼ਾਇਦ ਠੀਕ ਹੈ ਕਉ ਤਾਂ ਖੇਡਣਾ ਸੀ ਜਗਮੀਤ ਸਿੰਘ ਬਰਾੜ ਤੇ ਕਿਉਂਕਿ ਨਾਮ ਸੀ ਪੂਰੇ ਪੰਜਾਬ ਦੇ ਵਿੱਚ ਮਾਲਵਾ ਕੱਲਾ ਨਹੀਂ ਪੂਰੇ ਪੰਜਾਬ ਚ ਨਾਮ ਹੈ ਪਰ ਇਹਨਾਂ ਕਿ ਇਹਨਾਂ ਦੀ ਸਿਆਸੀ ਤੌਰ ਤੇ ਮਾਰੀ ਕਿਸਮਤ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਦਾ ਖੇਡਿਆ ਜਾਂਦਾ ਹੈ ਪਾਰਟੀ ਜਿੱਤ ਜਾਂਦੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਜਾਂਦੇ ਨੇ ਪੰਜਾਬ ਦੇ ਫਿਰ ਉੱਥੋਂ ਸਿਆਸੀ ਸਫ਼ਰ ਸ਼ੁਰੂ ਹੁੰਦਾ ਹੈ ਜਗਮੀਤ ਸਿੰਘ ਬਰਾੜ ਦੀ ਕਾਂਗਰਸ ਪਾਰਟੀ ਦੇ ਵਿੱਚ ਉਠੇ ਗੰਟੀ ਸ਼ੁਰੂ ਹੋ ਜਾਂਦੀ ਹੈ ਕੈਪਟਨ ਅਮਰਿੰਦਰ ਸਿੰਘ ਤੇ ਜਗਮੀਤ ਸਿੰਘ ਬਰਾੜ ਦੋਨੋਂ ਜਾਣਿਆਂ ਦੀ ਟਾਈ ਪੈ ਜਾਂਦੀ ਹੈ ਬਹੁਤ ਬੁਰੇ ਤਰੀਕੇ ਨਾਲ ਟਾਈ ਪੈਂਦੀ ਹੈ ਜਿਵੇਂ ਹੁਣ ਆਪੇ ਲਾ ਲੋ ਵੀ ਕੁਝ ਸਮਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਖਿਲਾਫ ਨਵਜੋਤ ਸਿੰਘ ਸਿੱਧੂ ਹਾਂ ਬਿਲਕੁਲ ਬੜੀ ਟਾਈ ਪਈ ਹੈ ਇਹਨਾਂ ਦੀ ਬਿਲਕੁਲ ਹਾਂ ਬਿਲਕੁਲ ਸੇਮ ਐਜ਼ ਇਟ ਇਜ਼ ਬਿਆਨਬਾਜ਼ੀ ਖੁੱਲ ਕੇ ਹੁੰਦੀ ਹੈ ਤੇ ਉਹਨਾਂ ਦੇ ਖਿਲਾਫ ਉਹ ਲਗਾਤਾਰ ਬੋਲਦੇ ਨੇ ਤੇ ਉਸ ਤੋਂ ਬਾਅਦ ਹੌਲੀ 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 ਬੋਲਦੇ ਬੋਲਦੇ ਇੱਥੋਂ ਤੱਕ ਪਹੁੰਚਦੇ ਆ ਕਿ 2014 ਦੇ ਵਿੱਚ ਜਦੋਂ ਕਾਂਗਰਸ ਪਾਰਟੀ ਹਾਰਦੀ ਹੈ ਤਾਂ ਉਸ ਸਮੇਂ ਇਹਨਾਂ ਦਾ ਜਿਹੜਾ ਬੋਲਣ ਦਾ ਜਿਹੜਾ ਤਰੀਕਾ ਨਬਜੋ ਇਹਦਾ ਜਗਮੀ ਸਿੰਘ ਬਰਾੜਦਾ ਉਹ ਹੋਰ ਤਿੱਖਾ ਹੋ ਜਾਂਦਾ ਹੈ ਪਾਰਟੀ ਦੇ ਪ੍ਰਤੀ ਤੇ ਐਂਡ ਆਫ 2017 ਦੇ ਵਿੱਚ ਉਹਨਾਂ ਨੇ ਚੋਣਾ ਬਾਗੀ ਜਿਹੜਾ ਹੋ ਜਾਂਦੇ ਆ ਕਿ ਲਾਸਟ ਲੜਪਾਣਾ ਦੀ ਲਾਸਟ ਸਵਾਲ ਹੈ ਕਿਉਂਕਿ ਸਮਾਂ ਬੜਾ ਘੱਟ ਹੁੰਦਾ ਆਪਣੇ ਕੋਲ ਕੀ ਲੱਗਦਾ ਕੋਈ ਉਹਨਾਂ ਨੇ ਇਸ਼ਾਰਾ ਕੀਤਾ ਵੀ ਮੈਂ ਇਹ ਫਲਾਨੀ ਪਾਰਟੀ ਤੇ ਲੜਾਂਗਾ ਤਾਂ ਇਹ ਫਲਾਨੀ ਪਾਰਟੀ ਤੇ ਲੜਾਂਗਾ ਜਮਿਨ ਨੇ ਫਲਾਨੀ ਪਾਰਟੀ ਆਫਰ ਕਰ ਰਹੀ ਹੈ ਦੇਖੋ ਦੋ ਤਿੰਨ ਚੀਜ਼ਾਂ ਹੈਗੀਆਂ ਇਹਦੇ ਵਿੱਚ ਉਹਨਾਂ ਦੇ ਜੋ ਮੈਂ ਉਹਨਾਂ ਨੇ ਇੱਕ ਤੋਂ ਸਵਾਲ ਕੀਤਾ ਹੈ ਹੂੰ ਕਾਂਗਰਸ ਪਾਰਟੀ ਦਾ ਕਿਉਂਕਿ ਕਾਂਗਰਸ ਪੁਰਾਣੀ ਪਾਰਟੀ ਹੈ ਹੂੰ ਉਹਨਾਂ ਨੇ ਇਹ ਕਿਹਾ ਕਿ ਕਾਂਗਰਸ ਪਾਰਟੀ ਦਾ ਹਰ ਲੀਡਰ ਮੈਨੂੰ ਚਾਹੁੰਦਾ ਭਲੇ ਉਹਨਾਂ ਦਾ ਇਸ਼ਾਰਾ ਸੀ ਕਿ ਸ਼ਾਇਦ ਹੋ ਕਾਂਗਰਸ ਪਾਰਟੀ ਦਾ ਲੜ। ਕੇ ਪਰ ਮੈਂ ਇਸ ਗੱਲ ਦੀ ਇਸ ਪ੍ਰੋਟੈਸ ਕਰਕੇ ਨਹੀਂ ਕਰ ਰਿਹਾ ਕਿ ਕੀ ਅਮਰਿੰਦਰ ਸਿੰਘ ਰਾਜਾ ਬੜਿੰਗ ਚਾਹਣਗੇ ਕਿ ਮੈਂ ਆਪਣਾ ਹਲਕਾ ਜਗਮੀਤ ਸਿੰਘ ਬਰਾਰ ਦੇ ਹੱਥੇ ਦੇਵਾਂ ਇਹ ਵੀ ਵੱਡਾ ਸਵਾਲ ਬਿਲਕੁਲ ਠੀਕ ਹੈ ਕਿਉਂਕਿ ਅਮਰਿੰਦਰ ਸਿੰਘ ਰਾਜਾ ਬੜਿੰਗ ਬੇਸ਼ੱਕ ਲੁਧਿਆਣਾ ਆ ਗਏ ਪਰ ਉਹਨਾਂ ਦਾ ਜੱਦੀ ਪਛਤੈਨੀ ਹਲਕਾ ਕਿੱਧਰ ਵਾ ਉਹ ਕਦੇ ਵੀ ਨਹੀਂ ਚਾਹਣਗੇ ਹਾਂ ਕੋਈ ਆਮ ਲੀਡਰ ਹੁੰਦਾ ਹੋ ਸਕਦਾ ਜਿਤਾ ਦਿੰਦੇ ਕਿਸੇ ਨੂੰ ਲੀਡਰ ਪਰ ਖਾਸ ਕਰਕੇ ਜਗਮੀਤ ਸਿੰਘ ਬਰਾਰ ਵਰਗੇ ਠੀਕ ਹੈ ਤੇ ਮੈਨੂੰ ਹੋ ਸਕਦਾ ਸਿਆਸਤ ਦੇ ਕੁਝ ਵੀ ਹੋ ਸਕਦਾ ਪਰ ਮੈਨੂੰ ਇਹ ਲੱਗਦਾ ਨਹੀਂ ਵੀ ਇਦਾਂ ਦਾ ਕੁਝ ਹੋ ਸਕਦਾ ਦੂਜੀ ਗੱਲ ਜੇ ਹੁਣ ਮੈਂ ਗੱਲ ਕਰਾਂ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਬੰਦਾ ਨਹੀਂ ਹੈ ਉੱਥੇ ਆਪ ਸ਼ੁਕਰ ਉੱਥੇ ਜਿਹੜੇ ਡਿੰਪੇ ਢਿੱਲੂ ਆ ਵਾਪਸ ਚਲੇ ਗਏ ਤੇ ਸੁਖਬੀਰ ਸਿੰਘ ਬਾਦਲ ਸ਼ਾਇਦ ਚੋਣ ਨਾ ਲੜਨ ਜੋ ਮੌਜੂਦਾ ਹਾਲਾਤ ਚੱਲ ਰਹੇ ਆ ਠੀਕ ਹੈ ਕਿਸਮਤ ਦੇ ਤੌਰ ਤੇ ਜੋ ਹਾਲਾਤ ਚੱਲ ਰਹੇ ਨੇ ਤਾਂ ਹੋ ਸਕਦਾ ਅਕਾਲੀ ਦਲ ਉਹਨਾਂ ਤੇ ਗੇਮ ਖੇਡ ਸਕਦਾ ਦੂਜੀ ਗੱਲ ਤੀਜੀ ਇੱਕ ਮੈਂ ਹੋਰ ਪਾਰਟੀ ਦੀ ਗੱਲ ਕਰਾਂਗਾ ਇੱਕ ਹੋਰ ਵੀ ਨਾਲ ਕਿ ਕੀ ਉਹ ਕਾਲੀ ਦਲ ਨੂੰ ਤੋਂ ਬਾਹਰ ਜਾਣਗੇ ਜੇ ਕਾਲੀ ਦਲ ਤੋਂ ਬਾਹਰ ਕਿਵੇਂ ਜਾਣਗੇ ਇਹਦੇ ਚ ਵੀ ਗੱਲ ਇਹ ਹੈ ਕਿ 2022 ਦੇ ਵਿੱਚ ਜਗਮੀਤ ਸਿੰਘ ਬਰਾੜ ਸ੍ਰੀ ਅਕਾਲ ਤਖਸ ਪਹੁੰਚੇ ਸੀ ਹਮ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਸੀ ਤਾਂ ਬਾਹਰ ਆ ਕੇ ਇਹਨਾਂ ਨੇ ਇੱਕ ਗੱਲ ਕਹੀ ਸੀ ਕਿ ਮੈਨੂੰ ਸਿੰਘ ਸਹਿਬਾਨ ਨੇ ਜਗਮੀਤ ਸਿੰਘ ਬਰਾੜ ਤੋਂ ਜਗਮੀਤ ਸਿੰਘ ਅਕਾਲੀ ਬਣਾਤਾ ਹਮ ਠੀਕ ਅਕਾਲੀ ਦਾ ਮਤਲਬ ਇਹ ਕਿ ਤੁਸੀਂ ਅਕਾਲੀ ਦਲ ਨੂੰ ਕਦੇ ਵੀ ਨਹੀਂ ਛੱਡੋਗੇ ਠੀਕ ਹੈ ਇਹ ਗੱਲ ਬਕਾਇਦਾ ਔਨ ਰਿਕਾਰਡ ਹੈ ਇਹ ਜਗਮੀਤ ਸਿੰਘ ਬਰਾਰ ਦੀ ਔਨ ਰਿਕਾਰਡ ਹੈ ਮੈਂ ਕਈ ਵਾਰ ਸੁਣ ਚੁੱਕਾ ਇਸ ਜੀ ਨੂੰ ਕਿ ਮੈਨੂੰ ਸਿੰਘ ਸਹਿਬਾਨ ਨੇ ਜਗਮੀਤ ਸਿੰਘ ਬਰਾਰ ਹਟਾ ਕੇ ਜਗਮੀਤ ਸਿੰਘ ਅਕਾਲੀ ਕਰਤਾ ਠੀਕ ਹੈ ਤਾਂ ਉਹਨੇ ਦੋ ਤਿੰਨ ਚੀਜ਼ਾਂ ਨੇ ਕਿਉਂ ਅਕਾਲੀ ਦਲ ਨੂੰ ਛੱਡਣਗੇ ਤੇ ਛੱਡਣਗੇ ਤਾਂ ਸਿੰਘ ਸਹਿਬਾਨ ਦੀ ਜਿਹੜੀ ਕਹੀ ਹੈ ਤਾਂ ਉਹ ਉਹਦੇ ਤੋਂ ਮਨਕਰ ਹੋਣਾ ਪਏਗਾ ਠੀਕ ਹੈ ਦੂਜੀ ਗੱਲ ਜੇ ਕਾਂਗਰਸ ਜਾਣਗੇ ਤਾਂ ਕੀ ਮਹਿੰਦਰ ਸਿੰਘ ਰਾਜਾ ਬੜੰਗ ਪਸੰਦ ਕਰਨਗੇ ਉਹਨਾਂ ਨੂੰ ਠੀਕ ਹੈ ਸੱਤਾ ਤੇ ਦਾ ਮਤਲਬ ਹੀ ਹੈ ਨੀਗਾ ਕੋ ਸੱਤਾ ਤੇ ਤਾਂ ਉਹਨਾਂ ਕੋ ਡਿੰਪੀ ਢਿਲੋਂ ਆ ਗਿਆ ਹੁਣ ਉਹਨਾਂ ਨੂੰ ਬਹੁਤੇ ਲੀਡਰਾਂ ਨੇ ਸੱਤਾ ਤੇ ਨੂੰ ਲੋੜ ਨਹੀਂ ਪਰ ਫਿਰ ਵੀ ਲੋੜ ਹੋਵੇ ਨਾ ਹੋਵੇ ਇਹ ਸਿਆਸਤ ਸਭ ਕੁਝ ਚੱਲਦਾ ਹੈ ਠੀਕ ਹੈ ਸਿਆਸਤ ਵਿੱਚ ਕੁਝ ਵੀ ਹੋ ਸਕਦਾ ਅਗਰ ਸਾਰੇ ਤਾਂ ਨਹੀਂ ਹੋਏ ਤਾਂ ਆਜ਼ਾਦ ਵਿੱਚ ਆਉਣ ਲੱਗ ਸਕਦੇ ਨੇ ਇੰਨਾ ਕੁ ਬਾਕੀ ਉਹਨਾਂ ਦੇ ਵਿੱਚ ਹੈ ਠੀਕ ਹੈ ਰਪਾੜੇ ਬਹੁਤ ਧੰਨਵਾਦ ਸੋ ਬਿਲਕੁਲ ਹੁਣ ਦੇਖਣਾ ਹੋਵੇਗਾ ਕਿ ਜਗਮੀਤ ਸਿੰਘ ਬਰਾੜ ਜਿਹੜਾ ਹੈ ਕਿਹੜੀ ਪਾਰਟੀ ਤੋਂ ਕਿਸਮਤ ਜਮਾਉਂਦੇ ਨੇ ਕੀ ਉਹ ਆਜ਼ਾਦ ਲੜਨਗੇ ਕੀ ਲੋਕ ਉਹਨਾਂ ਨੂੰ ਫਤਵਾ ਦੇਣਗੇ ਇਹ ਵੀ ਅਸੀਂ ਤੁਹਾਨੂੰ ਜਿਹੜਾ ਬੋਲਦਾ ਪੰਜਾਬ ਦੇ ਵਿੱਚ ਸਾਰੀ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀ ਗੁਰਮੁਖ ਸਿੰਘ ਨਿਰਪਾਣਾ ਦੀ ਇਜਾਜ਼ਤ ਧੰਨਵਾਦ ਫੋਰ 올 ਯੂਰ ਇਮੀਗ੍ਰੇਸ਼ਨ ਫੈਮਿਲੀ ਲਾਅ ਨੀਡਸ ਕਾਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇੰਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ Flankword truck repair trust we build in truck repair or scan QR code to contact us. The masala twist Oxonet fine authentic Indian cuisine or scan QR code to contact us. Pizza twist taste with twist order today call or visit website or scan QR code to contact us. New India market or scan QR code to contact us. Tabai Indian cuisine Tracy fine authentic Indian cuisine in Tracy or scan QR code to contact us. Billa Market, scan QR code to contact us Simi Valley Family Dental Office or scan QR code to contact us Samra Produce largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa kadahi made and served with love, scan this QR code to contact us Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.